ਦੀ ਗੱਲ ਹੈ ਕਿ ਅਫਗਾਨਿਸਤਾਨ ਦੇ ਵਿੱਚ ਵਾਰ ਵਾਰ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਔਰ ਪਹਿਲਾਂ ਸਾਡੇ ਸਿੱਖ ਆਗੂਆਂ ਨੂੰ ਉੱਥੇ ਹਮਲਾ ਕਰਕੇ ਮਾਰ ਦਿੱਤਾ ਗਿਆ। ਹੁਣੇ ਹੁਣੇ ਜਿਹੜੀ ਤਾਜ਼ਾ ਘਟਨਾ ਹੋਈ ਹੈ ਕਿ ਕਾਬਲ ਦੇ ਇੱਕ ਗੁਰਦੁਆਰੇ ਦੇ ਵਿੱਚ ਜੋ ਸਾਰੇ ਸਿੱਖ ਬੈਠੇ ਅਰਦਾਸ ਕਰ ਰਹੇ ਸੀ ਗੁਰੂ ਦੇ ਅੱਗੇ, ਜੋ ਅੱਜ ਕੋਰੋਨਾ ਵਾਇਰਸ ਸਾਰੇ ਸੰਸਾਰ ਦੇ ਵਿੱਚ ਵਾਪਰ ਰਹੀ ਹੈ, ਉਹਦੇ ਸੰਬੰਧੀ ਸਾਰੇ ਸਿੱਖ ਇਕੱਠੇ ਹੋਏ ਸੀ। ਸੋ ਉੱਥੇ ਹਮਲਾ ਕਰਕੇ ਉਹਨਾਂ ਅੱਤਵਾਦੀਆਂ ਦੇ ਵੱਲੋਂ 27 ਸਿੱਖ ਜਿਹੜੇ ਸਾਡੇ ਉਹ ਮਾਰ ਦਿੱਤੇ ਗਏ ਨੇ, ਸ਼ਹੀਦ ਕਰ ਦਿੱਤੇ ਗਏ ਨੇ। ਸੋ ਇਸ ਕਰਕੇ ਅੱਜ ਜਿਹੜੇ ਸਿੱਖ ਅਫਗਾਨਿਸਤਾਨ ਦੇ ਵਿੱਚ ਰਹਿ ਰਹੇ ਨੇ, ਉਹ ਬਹੁਤ ਹੀ ਭੈ ਦੇ ਵਿੱਚ, ਡਰ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਰਹੇ ਨੇ। ਹੁਣ ਵੀ ਬੜੇ ਦੁੱਖ ਦੀ ਗੱਲ ਹੈ ਕਿ ਉਹਨਾਂ ਨੂੰ ਧਮਕੀਆਂ ਆ ਰਹੀਆਂ ਨੇ ਕਿ ਤੁਹਾਨੂੰ ਫਿਰ ਜਿਹੜਾ ਹੈ ਇਹ ਅਸੀਂ ਮਾਰਿਆ ਜਾਵੇਗਾ। ਸੋ ਮੈਂ ਇਸਦੇ ਲਈ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਅਫਗਾਨਿਸਤਾਨ ਸਰਕਾਰ ਦੇ ਨਾਲ ਗੱਲ ਕਰਨ ਕਿ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਮੈਂ ਤਾਂ ਇੱਥੋਂ ਤੱਕ ਕਹਾਂਗਾ ਕਿ ਇਹਨੂੰ ਇਸ ਮਸਲੇ UNO ਤੱਕ ਲੈ ਕੇ ਜਾਣਾ ਚਾਹੀਦਾ, ਕਿਉਂਕਿ ਸਿੱਖ ਘੱਟ ਗਿਣਤੀ ਜਿਹੜੀ ਹੈ, ਸਿੱਖ ਜਿਸ ਵੀ ਦੇਸ਼ ਦੇ ਵਿੱਚ ਰਹਿ ਰਹੇ ਨੇ ਉੱਥੇ ਡਿਵੈਲਪਮੈਂਟ ਦੇ ਵਿੱਚ ਬਹੁਤ ਵੱਡਾ ਜਿਹੜਾ ਸਿੱਖਾਂ ਦਾ ਯੋਗਦਾਨ ਹੈ। ਔਰ ਸਾਡਾ ਧਰਮ ਜਿਹੜਾ ਸਿੱਖ ਧਰਮ ਹੈ, ਗੁਰੂ ਨਾਨਕ ਦੇਵ ਸਾਹਿਬ ਨੇ ਸਾਨੂੰ ਮਨੁੱਖਤਾ ਦੇ ਭਲਾਈ ਦੇ ਲਈ ਜੋ ਸਿਧਾਂਤ ਦਿੱਤਾ ਹੈ, ਹਮੇਸ਼ਾ ਹੀ ਸਿੱਖ ਕੌਮ ਨੇ ਮਨੁੱਖਤਾ ਦੇ ਭਲਾਈ ਲਈ ਕੰਮ ਕੀਤਾ, ਸਬੱਬ ਦੇ ਭਲੇ ਦੇ ਲਈ ਜਿਹੜਾ ਹੈ ਹਮੇਸ਼ਾ ਕੰਮ ਕੀਤਾ। ਸਾਡਾ ਇਸ ਤਰ੍ਹਾਂ ਦੀ ਸਾਡੀ ਕੌਮ ਹੈ। ਸੋ ਮੈਂ ਸਮਝਦਾ ਕਿ ਜਿਹੜੇ ਅਫਗਾਨਿਸਤਾਨ ਦੇ ਵਿੱਚ ਅੱਜ ਸਿੱਖ ਰਹੇ ਨੇ, ਇਹਨਾਂ ਦੀ ਜ਼ਿੰਦਗੀ ਬੜੇ ਖਤਰੇ ਦੇ ਵਿੱਚ ਹੈ। ਔਰ ਇਹ ਵੀ ਮੈਂ ਕਹਾਂਗਾ ਭਾਰਤ ਸਰਕਾਰ ਨੂੰ ਕਿ ਉਹਨਾਂ ਨੂੰ ਭਾਰਤ ਲਿਆਉਣ ਦਾ ਜਿਹੜਾ ਹੈ ਉਹਦਾ ਉਪਰਾਲਾ ਕੀਤਾ ਜਾਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੇ ਭਾਰਤ ਵਿੱਚ ਉਹ ਸਿੱਖ ਆਉਂਦੇ ਨੇ ਤਾਂ ਉਹਨਾਂ ਦੇ ਰਹਿਣ ਦਾ, ਉਹਨਾਂ ਦੇ ਵਸੇਵੇ ਦਾ ਜਿਹੜਾ ਪ੍ਰਬੰਧ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ। ਔਰ ਉਹਨਾਂ ਦੇ ਬੱਚਿਆਂ ਦੇ ਲਈ ਵੀ ਜਿਵੇਂ ਉਹਨਾਂ ਦੀ ਐਜੂਕੇਸ਼ਨ ਉਹਦੇ ਮੁਤਾਬਕ ਸੀ, ਉਹ ਨੌਕਰੀ ਦਾ ਪ੍ਰਬੰਧ ਵੀ ਜਿਹੜਾ ਹੈ ਉਹਨਾਂ ਦਾ ਕੀਤਾ ਜਾਵੇਗਾ। ਔਰ ਪਿਛਲੇ ਦਿਨ ਦੀ ਸਾਡੀ ਅੰਤਰ ਕਮੇਟੀ ਦੀ ਮੀਟਿੰਗ ਹੋਈ ਸੀ, ਉਹਦੇ ਵਿੱਚ ਵੀ ਅਸੀਂ ਉਹਨਾਂ ਦੀ ਆਰਥਿਕ ਮਦਦ ਲਈ ਜਿਹੜਾ ਹੈ ਐਲਾਨ ਕੀਤਾ ਸੀ ਕਿ ਜਿਹੜੇ ਸਿੱਖ ਮਾਰੇ ਗਏ ਨੇ ਔਰ ਉਹਨਾਂ ਦੇ ਲਈ ਲੱਖ ਲੱਖ ਰੁਪਇਆ, ਜਿਹੜੇ ਔਰ ਉੱਥੇ ਜ਼ਖਮੀ ਹੋਏ ਨੇ ਉਹਨਾਂ ਲਈ 50-50 ਹਜ਼ਾਰ ਰੁਪਏ ਦਾ ਜਿਹੜਾ ਅਸੀਂ ਐਲਾਨ ਕੀਤਾ ਹੈ।